ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਇੱਕ ਬਜ਼ੁਰਗ ਨਾਲ ਉਸ ਵੇਲੇ ਮਾੜੀ ਹੋ ਜਾਂਦੀ ਹੈ ਜਦੋਂ ਇੱਕ ਲੁਟੇਰਾ ਉਸਦਾ ਦੱਬੇ ਪੈਰੀ ਪਿੱਛਾ ਕਰਦਾ ਹੈ ਤੇ ਜਦੋਂ ਮੌਕਾ ਮਿਲਦਾ ਹੈ ਤੇ ਉਸਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਤੇ ਝਪੱਟਾ ਮਾਰਦਾ ਹੈ ਤੇ ਖੋ ਕੇ ਫਰਾਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਬਜ਼ੁਰਗ ਮਹਿਲਾ ਤੁਰੀ ਆਉਂਦੀ ਹੈ ਤੇ ਪਿੱਛੇ ਤੋਂ ਇੱਕ ਵਿਅਕਤੀ ਦੱਬੇ ਪੈਰੀ ਇਸਦਾ ਪਿੱਛਾ ਕਰ ਰਿਹਾ ਹੁੰਦਾ ਤੇ ਜਿਵੇਂ ਹੀ ਇਸ ਲੁਟੇਰੇ ਨੂੰ ਮੌਕਾ ਮਿਲਦਾ ਹੈ ਤਾਂ ਇਹ ਲੁਟੇਰਾ ਆਪਣੇ ਦੋਵੇਂ ਹੱਥਾਂ ਨਾਲ ਇਸ ਬਜ਼ੁਰਗ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਨੂੰ ਖੋਂਦਾ ਤੇ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਮਹਿਲਾ ਵੱਲੋਂ ਛਿੱਕਾਂ ਮਾਰੀਆਂ ਜਾਂਦੀਆਂ ਨੇ। ਮੌਕੇ ਤੋਂ ਲੋਕ ਵੀ ਬਾਹਰ ਨਿਕਲ ਆਉਂਦੇ ਨੇ ਤੇ ਭੱਜਦੇ ਦਿਖਾਈ ਦਿੰਦੇ ਨੇ, ਪਰ ਲੁਟੇਰਾ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਰਹਿੰਦਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਕਿ ਲੁਟੇਰਾ ਕਿਸੇ ਵੀ ਵਹੀਕਲ ਤੇ ਨਹੀਂ ਹੁੰਦਾ, ਬਸ ਇਹ ਦੱਬੇ ਪੈਰੀ ਇਸ ਮਹਿਲਾ ਦਾ ਪਿੱਛਾ ਕਰ ਰਿਹਾ ਹੁੰਦਾ। ਇਹ ਲੁੱਟ ਦੀ ਘਟਨਾ ਮੋਗਾ ਦੇ ਧਰਮਕੋਟ ਤੋਂ ਸਾਹਮਣੇ ਆਈ ਹੈ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਤਸਵੀਰਾਂ ਦੇ ਆਧਾਰ ਤੇ ਹੁਣ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਇੱਕ ਬਜ਼ੁਰਗ ਨਾਲ ਉਸ ਵੇਲੇ ਮਾੜੀ ਹੋ ਜਾਂਦੀ ਹੈ ਜਦੋਂ ਇੱਕ ਲੁਟੇਰਾ ਉਸਦਾ ਦੱਬੇ ਪੈਰੀ ਪਿੱਛਾ ਕਰਦਾ ਹੈ ਤੇ ਜਦੋਂ ਮੌਕਾ ਮਿਲਦਾ ਹੈ ਤੇ ਉਸਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਤੇ ਝਪੱਟਾ ਮਾਰਦਾ ਹੈ ਤੇ ਖੋ ਕੇ ਫਰਾਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਬਜ਼ੁਰਗ ਮਹਿਲਾ ਤੁਰੀ ਆਉਂਦੀ ਹੈ ਤੇ ਪਿੱਛੇ ਤੋਂ ਇੱਕ ਵਿਅਕਤੀ ਦੱਬੇ ਪੈਰੀ ਇਸਦਾ ਪਿੱਛਾ ਕਰ ਰਿਹਾ ਹੁੰਦਾ ਤੇ ਜਿਵੇਂ ਹੀ ਇਸ ਲੁਟੇਰੇ ਨੂੰ ਮੌਕਾ ਮਿਲਦਾ ਹੈ ਤਾਂ ਇਹ ਲੁਟੇਰਾ ਆਪਣੇ ਦੋਵੇਂ ਹੱਥਾਂ ਨਾਲ ਇਸ ਬਜ਼ੁਰਗ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਨੂੰ ਖੋਂਦਾ ਤੇ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਮਹਿਲਾ ਵੱਲੋਂ ਛਿੱਕਾਂ ਮਾਰੀਆਂ ਜਾਂਦੀਆਂ ਨੇ। ਮੌਕੇ ਤੋਂ ਲੋਕ ਵੀ ਬਾਹਰ ਨਿਕਲ ਆਉਂਦੇ ਨੇ ਤੇ ਭੱਜਦੇ ਦਿਖਾਈ ਦਿੰਦੇ ਨੇ, ਪਰ ਲੁਟੇਰਾ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਰਹਿੰਦਾ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਲੁਟੇਰਾ ਕਿਸੇ ਵੀ ਵਹੀਕਲ ਤੇ ਨਹੀਂ ਹੁੰਦਾ, ਬਸ ਇਹ ਦੱਬੇ ਪੈਰੀ ਇਸ ਮਹਿਲਾ ਦਾ ਪਿੱਛਾ ਕਰ ਰਿਹਾ ਹੁੰਦਾ। ਇਹ ਲੁੱਟ ਦੀ ਘਟਨਾ ਮੋਗਾ ਦੇ ਧਰਮਕੋਟ ਤੋਂ ਸਾਹਮਣੇ ਆਈ ਹੈ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਤਸਵੀਰਾਂ ਦੇ ਆਧਾਰ ਤੇ ਹੁਣ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਇੱਕ ਬਜ਼ੁਰਗ ਨਾਲ ਉਸ ਵੇਲੇ ਮਾੜੀ ਹੋ ਜਾਂਦੀ ਹੈ ਜਦੋਂ ਇੱਕ ਲੁਟੇਰਾ ਉਸਦਾ ਦੱਬੇ ਪੈਰੀ ਪਿੱਛਾ ਕਰਦਾ ਤੇ ਜਦੋਂ ਮੌਕਾ ਮਿਲਦਾ ਹੈ ਤੇ ਉਸਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਤੇ ਝਪੱਟਾ ਮਾਰਦਾ ਤੇ ਖੋ ਕੇ ਫਰਾਰ ਹੋ ਜਾਂਦਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਬਜ਼ੁਰਗ ਮਹਿਲਾ ਤੁਰੀ ਆਉਂਦੀ ਹੈ ਤੇ ਪਿੱਛੇ ਤੋਂ ਇੱਕ ਵਿਅਕਤੀ ਦੱਬੇ ਪੈਰੀ ਇਸਦਾ ਪਿੱਛਾ ਕਰ ਰਿਹਾ ਹੁੰਦਾ ਤੇ ਜਿਵੇਂ ਹੀ ਇਸ ਲੁਟੇਰੇ ਨੂੰ ਮੌਕਾ ਮਿਲਦਾ ਹੈ ਤਾਂ ਇਹ ਲੁਟੇ
ਸ਼ੇਰਾ ਆਪਣੇ ਦੋਵੇਂ ਹੱਥਾਂ ਨਾਲ ਇਸ ਬਜ਼ੁਰਗ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਨੂੰ ਖੁੰਦਾ ਹੈ ਤੇ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਮਹਿਲਾ ਵੱਲੋਂ ਛਿੱਕਾਂ ਮਾਰੀਆਂ ਜਾਂਦੀਆਂ ਨੇ। ਮੌਕੇ ਤੋਂ ਲੋਕ ਵੀ ਬਾਹਰ ਨਿਕਲ ਆਉਂਦੇ ਨੇ ਤੇ ਭੱਜਦੇ ਦਿਖਾਈ ਦਿੰਦੇ ਨੇ, ਪਰ ਲੁਟੇਰਾ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਰਹਿੰਦਾ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਲੁਟੇਰਾ ਕਿਸੇ ਵੀ ਵਹੀਕਲ ਤੇ ਨਹੀਂ ਹੁੰਦਾ, ਬਸ ਇਹ ਦੱਬੇ ਪੈਰੀ ਇਸ ਮਹਿਲਾ ਦਾ ਪਿੱਛਾ ਕਰ ਰਿਹਾ ਹੁੰਦਾ ਹੈ। ਇਹ ਲੁੱਟ ਦੀ ਘਟਨਾ ਮੋਗਾ ਦੇ ਧਰਮਕੋਟ ਤੋਂ ਸਾਹਮਣੇ ਆਈ ਹੈ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਤਸਵੀਰਾਂ ਦੇ ਆਧਾਰ ਤੇ ਹੁਣ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।